ਕੋਈ ਗੱਲ ਨਹੀਂ ਪਹਿਲੀ ਵਾਰ ਜਾਣਾ ਹੈ ਤੇ ਹੋਰ ਦੇ ਬਰਤਨ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਫਰੀ ਹੀ ਲੈ ਜਾਂਦੀ ਯੈਸ ਇਹ ਆਂਦੀ ਮੈਂ ਹੁਣੇ ਸੀਨੇ ਦੇਣਾ ਹੈ ਕਿਉਂਕਿ ਇਹਦੀ ਮੈਨੂੰ ਚੁੰਨੀ ਬੜੀ ਸੋਹਣੀ ਲੱਗੀ ਡਿਸੈਂਟਰੀ ਚੀਜ਼ਾਂ ਮੈਨੂੰ ਉਦਾਂ ਬਹੁਤ ਪਸੰਦ ਆ ਇੱਥੇ ਹੁਣ ਰਮਨ ਆਉਣ ਲੱਗੇ ਆ ਆ ਭਾਈ ਦਾ ਵਿਆਹ ਜੀ ਉਹ ਤੇਰਾ ਉੱਚਾ ਜਿਹਾ ਚੂੜਾ ਲੱਭ ਗਿਆ ਨਾ ਮਗਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਆ ਆਏਗੀ ਆਪਣੀ ਹਜੂਰ ਸਾਹਿਬ ਨਾਦੇੜ ਦੇ ਵਿੱਚ ਪਹਿਲੀ ਸਵੇਰ ਧੁੱਪ ਇੰਨੀ ਜ਼ਿਆਦਾ ਪੈਣ ਦੀ ਕੋਈ ਕਹਿਣ ਦੀ ਗੱਲ ਨਹੀਂ ਗਰਮੀ ਬਹੁਤ ਹੋ ਗਈ ਵੈਸੇ ਵੀ ਇੱਥੇ ਨਾ ਇਹ ਠੰਡ ਨਹੀਂ ਪੈਂਦੀ ਗਰਮੀ ਹੀ ਰਹਿੰਦੀ ਆ ਅਤੇ ਬਹੁਤ ਲੋਕਾਂ ਨੂੰ ਪਤਾ ਹੀ ਹੋਣਾ ਆ ਇੱਧਰ ਠੰਡ ਠੁੰਡ ਘੱਟ ਹੀ ਪੈਂਦੀ ਆ ਹਮੇਸ਼ਾ ਗਰਮੀ ਦਾ ਮੌਸਮ ਹੀ ਇੱਧਰ ਰਹਿੰਦਾ ਆ ਅਤੇ ਇਹ ਜਦੋਂ ਸਾਡੇ ਆਉਂਦੇ ਹੁੰਦੇ ਨਾ ਉੱਧਰ ਅਤੇ ਇਹਨਾਂ ਨੇ ਪਹਿਲਾਂ ਤਾਂ ਤੁਰੇ ਫਿਰਨਾ ਇੱਦਾਂ ਦੋ ਕੁ ਦਿਨ ਸਾਨੂੰ ਠੰਡ ਨਹੀਂ ਲੱਗਦੀ ਹੁਣ ਠੰਡ ਲੱਗਦੀ ਦੋ ਦਿਨਾਂ ਬਾਅਦ ਸੁਸੂ ਕਰਦੇ ਹੁੰਦੇ ਅਤੇ ਮਤਲਬ ਸਪੈਸ਼ਲੀ ਨਿਆਣੇ ਭੂਆ ਨੂੰ ਤਾਂ ਪਤਾ ਭੂਆ ਤਾਂ ਉੱਧਰ ਹੀ ਹਟੇ ਗਏ ਆ ਅਤੇ ਮਤਲਬ ਦਿਖਾਉਣੀ ਥੋੜ੍ਹਾ ਜਿਹਾ ਇੱਧਰ ਹਜੇ ਫਲੈਟ ਹੀ ਫਲੈਟ ਆ ਮਤਲਬ ਕੁਛ ਲੋਕਾਂ ਦੇ ਆਪਣੇ ਘਰ ਆ ਕੁਛ ਫਲੈਟ ਆ ਇੱਥੇ ਸਾਰੇ ਮਤਲਬ ਇਹਨੇ ਦਿੱਤੇ ਹੁੰਦੇ ਆ ਹੈ ਨਾ ਜਿਹੜੇ ਉੱਥੇ ਰਹਿੰਦੇ ਆ ਅਤੇ ਹੁਣ ਜਾਂਦੇ ਹਾਂ ਆਪਾਂ ਸਾਰੇ ਗੁਰਦੁਆਰਾ ਸਾਹਿਬ ਜਾਵਾਂਗੇ ਹੈ ਨਾ ਘੁੰਮਾਂਗੇ ਥੋੜ੍ਹੀਆਂ ਕੁਛ ਸਪੈਸ਼ਲ ਜਗ੍ਹਾ ਇੱਥੋਂ ਦੀਆਂ ਅਤੇ ਉਹ ਤੋਂ ਪਹਿਲਾਂ ਹੁਣ ਚਲੋ ਆਪਾਂ ਚਾਹ ਚੂਹ ਛੱਕ ਲਈਏ ਮਤਲਬ ਬਣ ਗਈ ਹੈ ਸਵੇਰ ਦਾ ਨਾਸ਼ਤਾ ਅਤੇ ਨਾਸ਼ਤਾ ਨਹੀਂ ਚਾਹ ਚੂਹ ਚਾਹ ਦੇ ਨਾਲ ਵੇਚਦੇ ਹਾਂ ਕੀ ਹੁੰਦਾ ਅਤੇ ਆ ਜਾਓ ਫਿਰ ਵੀ ਆ ਗਈ ਸਾਡਾ ਸਵੇਰ ਦਾ ਨਾਸ਼ਤਾ ਸਾਊਥ ਇੰਡੀਅਨ ਡਿਸ਼ ਜਿਹੜਾ ਕਿ ਮੈਂ ਪਹਿਲਾਂ ਹੀ ਰੋੜਤਾ ਤਾਂ ਨਹੀਂ ਹੈ ਚਟਨੀ ਹੈ ਸੋਰੀ ਹਾਂ ਬੜਾ ਸੋਹਣਾ ਅਜੇ ਮੈਂ ਖਾਧਾ ਨਹੀਂ ਪਰ ਵੇਖਣ ਨੂੰ ਬਹੁਤ ਵਧੀਆ ਲੱਗਣ ਦੀ ਇਡਲੀ ਸਵਾਦ ਖਾ ਕੇ ਵੇਚਦੀ ਵੱਡੀ ਹੋ ਸਕਦੀ ਆ ਤੇ ਉਹਨੂੰ ਥੱਲੋਂ ਕਟਾ ਕੇ ਤੇ ਫੇਰ ਸੈੱਟ ਕਰ ਮੈਂ ਤਾਂ ਇਹ ਤੇ ਕਹਿਣ ਦੀ ਵੀ ਕਿੰਨੀ ਕਮਰ ਹੁੰਦੀ ਆ ਵੀ ਹਾਂ ਕਿੰਨੀ ਕਮਰ ਹੁੰਦੀ ਆ 34 34 ਕਮਰ ਹੋਣੀ ਆ ਵੇਖ ਇਹਦੀ ਕਿੰਨੀ ਆ ਆ ਜਾਣੀ ਬੈਲਟ ਪਾ ਲੈਣੀ ਆ ਬੈਲਟ ਪਾ ਕੇ ਆ ਜਾਣੀ ਆ ਕਟਵਾ ਲਈ ਥੱਲੇ ਫੇਰ ਆ ਜਾਣੀ ਆ ਪੱਗ ਉਹ ਪੱਗ ਵੀ ਹੈਗੀ ਨਾਲ ਅੱਛਾ ਮੈਨੂੰ ਸੁਕਾਉਣੀ ਆ ਇਹ ਵਾਲੀ ਹਾਂ ਸੋਹਣੀ ਬਣ ਲੈਂਦਾ ਸਿੱਧਾ ਹੀ ਕੱਪੜਾ ਤੋਲ ਤਾਲ ਕੇ ਲਿਆਂਦਾ ਬਾਕੀ ਆਪਸ ਐਡਜਸਟ ਕਰ ਸੂਟਾਂ ਦਾ ਆਪਸ ਐਡਜਸਟ ਕਰਦੇ ਹੁਣ ਮਟਰ ਦੇ ਤੁਹਾਨੂੰ ਮਿਲ ਗਏ
पिछे धुप लगी आ सारी बरात इन्हां ने लेट करवाई ही 2 बजे आए ही प्रभ का हुण एक बुरा हाल होने वाला तुहानूं दिखाउणी थोड़ी देर तक। अच्छा हो गया वा अमली कि हजे मल नहीं आ। अच्छा विखाउणी ਇੱਥੇ ਹੁਣ ਰਮਨ ਆਉਣ ਲੱਗੇ ਆ ਆ ਭਾਈ ਦਾ ਵਿਆਹ ਜੀ ਆ ਉਹ ਤੇਰਾ ਉੱਚਾ ਜਿਹਾ ਚੂੜਾ ਲੱਭ ਗਿਆ ਨੂੰ ਮਗਰ ਆਵਰਾ ਸੂਟ ਬੜਾ ਸੋਹਣਾ ਸੱਚ ਸਰਕਾਰ ਦੇ ਭਾਜੀ ਰਾਤ ਤੇ ਪੈਰ ਪੈ ਗਿਆ ਨਾਲੀ ਚ ਆਹ ਨਾਲੀ ਪੈਰ ਪੈ ਗਿਆ ਇਹਦੀ ਕਹਾਣੀ ਦੱਸੀ ਮੈਨੂੰ ਅੱਗੇ ਵੀ ਬਹੁਤ ਮਜ਼ਾ ਆਇਆ ਸੀ ਇਹ ਸਿੱਧਾ ਪੈਰ ਭਾਜੀ ਆਹ ਰਮਨ ਆ ਲੈ ਲੱਭੋ ਕਿੱਥੇ ਹੈ ਆ ਜਾਂਦੀ ਹੋਰ ਤੇ ਮੈਨੂੰ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਂ ਪਜਾਮਾ ਕਿਹਦਾ ਪਾਇਆ चलो जी कपड़े अपने लिया कि तेरे ना मेरे नहीं है मैं ना ए लव रूप दे होने आ चलो चलो जी सत श्री अकाल मैं चुन्नी लैनी लैनी की आ क्या वेख्या मैं ताई ते कहन डई आ जसी लिया मैं भटक दवा एक मिनट च ओ हाडा पापा ही बन दो प्रापे इन्हे ऐदा ही करना है एंट्रिया पहले व्याहां दी एंट्रिया वेखो ना भूआ फुफड़ जी ज्ञान कौर सुखिंदर कौर ऐदा दे व्याह किहदे किहदे होए भी खोलते गए अपने लो भी जिदा व्याह नहीं आता गुस्से हुंदा हुंदा ही कि नहीं हुंदा हुंदा कई आंदे नहीं ते कहिंदे ने साडे न्याणे दे नां नहीं लिखाए साडे ते नां नहीं लिखाए विच नंबरी तो भी बड़ियां लड़ाइयां पैंदियां हुंदियां सी फोटो स्टूडियो फटिया बाद साइड ले आंदा ही मतलब भूआ होणा को अपनी गल ए आ ते ए बहुत वधिया है इहदे नाल मैं प्रॉपर्टी मसाज नहीं रहन करके मेन ओदा बहुत पसंद जिदा मर्जी कर दो असल च ना मेनू ज्यादा डिसेंट चीजे पसंद है पार्टी वेयर भी खोलो पार्टी वेयर भी खोलो चुन्नी बड़ी येलो मम्मी सोंग की तो मैंने पसंद है।
ਤੇ ਮੈਂ ਕਲਰ ਦਾ ਸੂਟ ਹਜੇ ਪਰਸੋਂ ਹੀ ਸੀਣੇ ਦਿੱਤਾ ਵਾ ਇਹ ਇਹ ਬੁਟੀਕ ਜਿਹਾ ਡਿਜ਼ਾਈਨ ਬਣਿਆ ਸੀ ਹਾਂ ਸਿੰਪਲ ਜਿਹਾ ਵਾ ਇਹ ਵੀ ਸੋਹਣਾ ਵੀ ਫਿਰ ਮੇਰੇ ਹਿੱਸੇ ਆਇਆ ਹੀ ਲੈ ਤੜੇ ਤਿੰਨਾਂ ਦੇ ਲਿਆਂਦਾ ਇੱਕ ਇੱਕ ਸੂਟ ਇਹ ਨਹੀਂ ਜਾਦੇ ਪੁੰਦੀ ਤੂੰ ਨਹੀਂ ਪੁੰਦੀ ਉਹਦੇ ਕੋਲ ਹੈ ਵੀ ਨਹੀਂ ਆ ਜਾਦੇ क्योंकि मेरा इदा वा ना मैं लेने सूट साट लेने जो मैं घर पाने वाले कपड़े है ना ये मैं हैप्पी दे पाला पापा दे पाला जिथे रहना रहना बहना हो जाता वा तो साडा ओही हिसाब हो गया वा हुण हुण जिद्दां इदां दे लोकां नूं वहम हुंदे ना भी आ चीज करिए तो इदां आ चीज करिए तो उदां ओही चीज सानूं आ ਤੇ ਹੁਣ ਇੱਥੇ ਦੀਵਾਲੀ ਦੇ ਉੱਤੇ ਬੜਾ ਕੁਝ ਹੈ ਨਾ ਹੁੰਦਾ ਵਾ ਪੂਜਾ ਕਰਨੀ ਕੁਝ ਹੋਰ ਹੈ ਨਾ ਜਿੱਦਾਂ ਇੱਧਰ ਦੇ ਲੋਕੀ ਕਰਦੇ ਉਦਾਂ ਸਾਨੂੰ ਵੀ ਕਰਨਾ ਹੀ ਪੈਂਦਾ ਵਾ ਵੇਖੋ ਵੇਖੀ ਚਲੋ ਵਧੀਆ ਲੱਗਦਾ ਪੈਕ ਕਰ ਲਈ ਫਿਰ ਇਹ ਮੱਲੇ ਦਾ ਹੋਮ ਟੂਰ ਪਹਿਲੇ ਨੰਬਰ ਤੇ ਖਲੋਤੀ ਆਪਣੀ ਗੱਡੀ ਬਾਹਰ ਤੇ ਹੁਣ ਇਧਰੋਂ ਦੀ ਆਪਾਂ ਚੱਲਦੇ ਅੰਦਰ ਜਿਹੜੇ ਫਲੈਟ ਇੱਥੇ ਆਪਣੇ ਭੂਆ ਹੁਣਾਂ ਨੂੰ ਮਿਲੇ ਆ ਚਲੋ ਪ੍ਰਧਾਨ ਠੀਕ ਆ जिथे की बिलकुल गुरुद्वारे सब तो पहला इधर अपना खीरा कूरा कटिया रोटी पानी का तैयार हो इना को स्प्राइट मंगी गई है अंदर एंटर करन लगे हूं आप इधर सारे जाने लगे गल्ला ए लॉबी लॉबी इधर बड़ा पाव किथे गया इधर एलसीडी लगी है सारे जाने आपो अपने कमे लग गए मेनू तो इग्नोर ही मारन डे है सारे जाने आ सारी लॉबी है नैक्सट आ गया अपना आ रूम आ इधर वॉशरूम आ इधर लमारी आ इधर बड़ा वधिया बैड जिहड़ा डट्ठा वा ते इधर वॉशिंग मशीन इधर सिलाई वाली मशीन रखी है ते आ गोपी है ठीक आ ते उतो बाद आ जी आपां नैक्सट अभी स्टोर रूम ते स्टोर रूम दा तुहानूं पता की हाल हुंदा सारा समान इत्थे स्टोर करके रख्या है जो भी हैगा आ ते इह तुसीं वेख सकदे आ बड़ा पाओ तुसीं साडे लई लिआंदे तूं पहले ही खाण डिया पिआ दस साडे लई काहदा लिआंदा तूं यूनिफॉर्म यूनिफॉर्म तेरे शूज भी बाहर पए आ कलो वेटे लाग ही समझ पत्ती करी हुई नौकर नहीं लगी बैठी मैं नहीं कर
ਵਾਹ ਹਸਬੰਡ ਆ ਉਹਨਾਂ ਦੇ ਹੁਣ ਮੈਂ ਵੀ ਤੇ ਪ੍ਰਭ ਨੂੰ ਕਹਿ ਸਕਦੀ ਆ ਪ੍ਰਭ ਵੀ ਬੜੇ ਪੰਮ ਵਰਗੇ ਆਈ ਵਿਆਹ ਤੋਂ ਬਾਅਦ ਹੀ ਬੜੇ ਪਾਇਪ ਰੱਖੇ ਹੋਏ ਆ ਪਹਿਲਾਂ ਹੀ ਵਧੀਆ ਚਲੋ ਆ ਬੜਾ ਪਾਉ ਕਿਦਾਂ ਇਹ ਮੈਂ ਫਰਸਟ ਟਾਈਮ ਟਰਾਈ ਕਰਨ ਲੱਗੀ ਆ ਬੜਾ ਪਾਉ ਪਹਿਲੀ ਵਾਰ ਖਾਣ ਲੱਗੀ ਆ ਚਲ ਖਾ ਕੇ ਵੇਖਦੇ ਬੜਾ ਕੀ ਹਿਸਾਬ ਕਿਤਾਬ ਹੈ ਨਾਲ ਇਹਨੂੰ ਕੋਕ ਦੇ ਦਿੱਤੀ ਆ ਚਾਹ ਬਹੁਤ ਸਵਾਦ ਆ ਮੈਂ ਖਾਦੇ ਪਹਿਲੀ ਵਾਰੀ ਹੈ ਮੈਂ ਵੀ ਪਹਿਲੀ ਵਾਰੀ ਖਾਦੇ ਪਰ ਸਵਾਦ ਆ ਬਹੁਤ ਸਵਾਦ ਸਵਾਦ ਮਿਰਚਾਂ ਬੜੀਆਂ ਸਵਾਦ ਨੇ ਖਾਂਦੇ ਆ ਸਾਬਣ ਦੇ ਸਾਬਣ ਉਹ ਵੱਡੇ ਹੁੰਦੇ ਉਹ ਬਹੁਤ ਸਵਾਦ ਉਹ ਬਹੁਤ ਸਵਾਦ